ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਮਜੀਠੀਆ ਨੂੰ ਜੇਲ੍ਹ ਵਿੱਚ ਸੁੱਟਣ ਦੀ ਗੱਲ ਕਹਿ ਰਹੀ ਹੈ। ਜੇ ਸਿੱਟਣਾ ਹੀ ਹੁੰਦਾ ਤਾਂ ਕਾਂਗਰਸ ਵੀ ਮਜੀਠੀਆ ਨੂੰ ਜੇਲ੍ਹ ਵਿੱਚ ਸੁੱਟ ਸਕਦੀ ਸੀ। ਇਹ ਤਿੱਖਾ ਪਲਟਵਾਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਰਦਿਆਂ ਕਿਹਾ ਕਿ ਆਪ ਪਹਿਲਾਂ ਆਪਣੇ ਆਗੂਆਂ ਨੂੰ ਜੇਲ੍ਹ ਜਾਣ ਤੋਂ ਬਚਾਵੇ। ਜੇਲ੍ਹ ਤੇ ਜੇ ਸੁੱਟਣਾ ਹੁੰਦਾ ਤਾਂ ਕਾਂਗਰਸ ਵੀ ਸੁੱਟ ਲੈਂਦੀ। ਸਾਡੀ ਸਰਕਾਰ ਤੋਂ ਪਹਿਲੇ ਜਦ ਡਰੱਗਸ ਦੀ ਗੱਲ ਸ਼ੁਰੂ ਹੋਈ ਸੀ ਉਸ ਟਾਈਮ ਕਾਂਗਰਸ ਦੀ ਸਰਕਾਰ ਦਿੱਲੀ ਵਿੱਚ ਸੀ। ਕਾਂਗਰਸ ਦੀ ਸੈਂਟਰਲ 5 ਏਜੰਸੀਆਂ ਨੇ ਸਾਰੇ ਕੇਸਾਂ ਦਾ ਉਹਨਾਂ ਦਾ ਇਨਕੁਆਇਰੀ ਕੀਤੀ। ਇਨਕੁਆਇਰੀ ਕਰਨ ਦੇ ਬਾਅਦ ਜਦ ਕੱਖ ਨਹੀਂ ਮਿਲਿਆ ਤਾਂ ਅੱਜ ਤਾਈ ਕੱਖ ਨਹੀਂ ਮਿਲਿਆ ਤਾਂ ਆਮ ਆਦਮੀ ਪਾਰਟੀ ਤਾਂ ਕਿੱਥੋਂ ਪੈਦਾ ਕਰ ਲੂਗੀ? ਉਹੀ ਜਾਣਦੇ ਨੇ ਇਹ ਆਪਣੇ ਆਪ ਤੋਂ ਜੇਲ੍ਹ ਤੋਂ ਬਚਾਉਣ। ਅੱਜ ਲੋਕਾਂ ਨੂੰ ਰੋਟੀ ਖਵਾਉਣ ਵਾਸਤੇ ਤਾਂ 10,000 ਰੁਪਏ ਲੈ ਰਹੇ ਜਦ ਕੋਈ ਤਾਕਤ ਨਹੀਂ ਹੈ। ਜੇ ਰੱਬ ਨਾ ਕਰੇ ਜਦ ਕੋਈ ਤਾਕਤ ਹੈ ਉਹਦਾ ਮਿਲਣ ਵਾਸਤੇ ਤਾਂ ਕੰਮ ਕਰਨ ਵਾਸਤੇ ਤਾਂ ਕਿੰਨਾ ਲੈਣਗੇ? ਤਾਂ ਭ੍ਰਿਸ਼ਟਾਚਾਰ ਦੀ ਨਵੀਂ ਚੀਜ਼ ਸ਼ੁਰੂ ਕਰਤੀ ਹੈ ਕਿ ਸਾਡੇ ਘਰੇ ਆਓ, ਸਾਡੇ ਨਾਲ ਰੋਟੀ ਖਾਓ ਤਾਂ ਸਾਨੂੰ ਪੈਸੇ ਖਵਾਓ।